ਜੀ ਮੈਂ ਤਾਂ ਨਹੀਂ ਦੀ ਮੰਮੀ ਆ ਠੀਕ ਆ ਜੀ ਤੇ ਸਾਡੇ ਬੱਚਿਆਂ ਨਾਲ ਤਾਂ ਛੇੜਖਾਨੀ ਕਰਦੇ ਸਰ ਠੀਕ ਆ ਜੀ ਸ਼ਰਾਬਾ ਪੀ ਕੇ ਜਿੰਦਾਬਾਦ ਜਿੰਦਾਬਾਦ ਸਤਨਾਮ ਸਿੰਘ ਜਿੰਦਾਬਾਦ ਜਿੰਦਾਬਾਦ ਜਿਹੜੀਆਂ ਪਿੰਡ ਜਿਹੜੀਆਂ ਬਾਕੀ ਤੇ ਮੈਡਮਾਂ ਟੀਚਰਾਂ ਹੈਗੀਆਂ ਉਹਨਾਂ ਦਾ ਕੀ ਕਹਿਣਾ ਉਹਨਾਂ ਨੇ ਮਤਲਬ ਮੌਕੇ ਤੇ ਛੜਾਇਆ ਨਹੀਂ ਉਹਨਾਂ ਨੂੰ ਜਾ ਕੋਈ ਕੀ ਕਹਿਣਾ ਉਹਨਾਂ ਦਾ ਇਹਨੇ ਹਰਕਤ ਮਾੜੀ ਕੀਤੀ ਸੀ ਇਸ ਕਰਕੇ ਇਹਨੂੰ ਸਕੂਲ ਦੇ ਵਿੱਚੋਂ ਕੱਢਿਆ ਗਿਆ ਸੀਗਾ ਇੱਕ ਸਾਲ ਬਾਅਦ ਇਹ ਦੁਬਾਰਾ ਆਇਆ ਡੇਢ ਮਹੀਨੇ ਦੇ ਵਿੱਚ ਇਹਨੇ ਹੁਣ ਇਹਨਾਂ ਨੂੰ ਇੱਥੋਂ ਛਿੱਤਰ ਮਾਰਨੇ ਹੋਰ ਤਾਂ ਅਸੀਂ ਕੀ ਕਰਾਂ ਛਿੱਤਰ ਮਾਰਨੇ ਇਹਨੇ ਕਿੰਨੀਆਂ ਲੜਕੀਆਂ ਨਾਲ ਇਹਨਾਂ ਨੇ ਸਾਡਾ ਘਰ ਵੀ ਇੱਥੇ ਲੱਗ ਕਿੰਨੀਆਂ ਲੜਕੀਆਂ ਦਾ ਕੁੱਲ ਤਿੰਨ ਕਿ ਚਾਰ ਕਿੰਨੀਆਂ ਨੇ ਨਹੀਂ ਲੜਕੀਆਂ ਤਾਂ ਬਹੁਤ ਆ ਆ ਪੂਰੀ ਕਲਾਸ ਮੈਂ ਤੁਸੀਂ ਕੈਮਰਾ ਲੈ ਜਾ ਸਕਦੇ ਆ ਵੀ ਬੱਚਿਆਂ ਸਾਰਿਆਂ ਨੂੰ बच्चे इन्ने घबराए हुए कि मतलब अपने माँ प्यो नूं जाके उन्होंने दस्या तो पूरे पिंड विच इस गल दा टीचर का नाम की जिर घनौनी हरकत की केड़ा पिंड जी अच्छा केड़ी केड़ी क्लास में वह पढ़ाता सीगा जी अच्छा जी हाँ जी पोती पोती अच्छा जी ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਕਮਲਜੀਤ ਕਿਹੜਾ ਪਿੰਡ ਜੀ ਸਾਹਮਣੇ ਇਹ ਕਿੰਨੀਆਂ ਲੜਕੀਆਂ ਨਾਲ ਇਹਨਾਂ ਨੇ ਸਾਡਾ ਘਰ ਵੀ ਇੱਥੇ ਲੱਗਾ ਕਿੰਨੀਆਂ ਲੜਕੀਆਂ ਦਾ ਕੁੱਲ ਤਿੰਨ ਕਿ ਚਾਰ ਕਿੰਨੀਆਂ ਨੇ ਨਹੀਂ ਲੜਕੀਆਂ ਤਾਂ ਬਹੁਤ ਆ ਪੰਜ ਛੇ ਲੜਕੀਆਂ ਆ ਸਾਰੀ ਕਲਾਸ ਬਤਨੀ ਕੀਤੀ ਅੱਛਾ ਸ਼ਰਾਬ ਪੀ ਕੇ ਆ ਪੂਰੀ ਕਲਾਸ ਮੈਂ ਤੁਸੀਂ ਕੈਮਰਾ ਲੈ ਜਾ ਸਕਦੇ ਆ ਵੀ ਬੱਚਿਆਂ ਸਾਰਿਆਂ ਨੂੰ ਉਹਨੇ ਗਲਤ ਬੋਲਿਆ ਪਿੰਡ ਜੀ ਆਪ ਜੀ ਦਾ ਕੀ ਨਾਮ ਆ ਜੀ ਜੀ ਮੈਂ ਤਾਂ ਨਵੀਂ ਦੀ ਮੰਮੀ ਆ ਠੀਕ ਆ ਜੀ ਤੇ ਸਾਡੇ ਬੱਚਿਆਂ ਨਾਲ ਤਾਂ ਛੇੜਖਾਨੀ ਕਰਦੇ ਸਰ ਠੀਕ ਆ ਜੀ ਸ਼ਰਾਬਾ ਪੀ ਕੇ ਠੀਕ ਆ ਜੀ ਕੌਣ ਕਰਦੇ ਜੀ ਸਤਨਾਮ ਸਰ ਠੀਕ ਆ ਜੀ ਇੱਥੇ ਕਿਹੜੀ ਕਲਾਸ ਪੜਾਉਂਦੇ ਹੋ ਉਹ 6th ਕਲਾਸ ਨੂੰ ਅੱਛਾ ਜੀ ਹੁਣ ਪੁਲਿਸ ਆਈ ਹੈ ਤੇ ਕੀ ਕਹਿ ਰਹੇ ਪੁਲਿਸ ਵਾਲੇ ਸਰ ਪੁਲਿਸ ਮੈਂ ਹੁਣੇ ਹੀ ਆਈ ਆ ਮੈਨੂੰ ਹੁਣੇ ਹੀ ਫੋਨ ਗਿਆ ਮੈਨੂੰ ਇਹਨਾਂ ਦੀਦੀ ਹੁਣੇ ਫੋਨ ਕੀਤਾ ਠੀਕ ਆ ਜੀ ਕੀ ਮੰਗ ਕਰਦੇ ਹੁਣੇ ਇਹਨਾਂ ਦੇ ਖਿਲਾਫ ਤਾਂ ਹੁਣ ਇਹਨਾਂ ਨੂੰ ਇੱਥੋਂ ਛਿੱਤਰ ਮਾਰਨੇ ਹੋਰ ਤਾਂ ਅਸੀਂ ਕੀ ਕਰਦੇ ਛਿੱਤਰ ਮਾਰਨੇ ਜਿਹੜੇ ਬਾਕੀ ਜਿਹੜੇ ਬਾਕੀ ਇਹ ਟੀਚਰ ਆ ਮੈਡਮਾਂ ਇੱਥੇ ਪੜਾ ਰਹੀਆਂ ਉਹ ਦਾ ਕੀ ਕਹਿਣਾ ਹੈਗਾ ਜਿਹੜੀਆਂ ਬਾਕੀ ਇੱਥੇ ਮੈਡਮਾਂ ਟੀਚਰ ਹੈਗੀਆਂ ਉਹਨਾਂ ਦਾ ਕੀ ਕਹਿਣਾ ਉਹਨਾਂ ਨੇ ਮਤਲਬ ਮੌਕੇ ਤੇ ਛੜਾਇਆ ਨਹੀਂ ਉਹਨਾਂ ਨੂੰ ਜਾ ਕੋਈ ਕੀ ਕਹਿਣਾ ਉਹਨਾਂ ਦਾ ਅੱਛਾ ਜੀ ਉਹ ਹੁਣ ਹੁਣ ਇੱਥੇ ਦੌੜ ਚੁੱਕਾ ਜੀ ਨਾਮ ਸਿੰਘ ਦੱਸਿਆ ਜਾ ਰਿਹਾ ਕਿ ਸ਼ਰਾਬ ਵੀ ਪੀਤੀ ਸੀ ਉਹਨੇ ਇਹਦੇ ਬਾਰੇ ਤੁਸੀਂ ਅੱਛਾ ਜੀ ਠੀਕ ਹੈ ਤੁਹਾਡਾ ਕੀ ਨਾਮ ਆ ਜੀ ਮੇਰਾ ਮਦਨ ਪਾ ਕਿਹੜਾ ਪਿੰਡ ਸ਼ਾਮਸਰ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਇਹਨੂੰ ਸਸਪੈਂਡ ਕੀਤਾ ਜਾਵੇ ਇਹਤੇ ਸਜ਼ਾ ਦਿੱਤੀ ਜਾਵੇ ਜੋ ਵੀ ਇਹਨੇ ਗਲਤ ਕੰਮ ਕੀਤਾ ਠੀਕ ਹੈ ਜੀ ਹਾਂਜੀ ਭਾਜੀ ਆਪ ਜੀ ਦਾ ਕੀ ਨਾਮ ਆ ਜੀ ਠੀਕ ਹੈ ਜੀ ਇਹ ਜੋ ਘਟਨਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਭਾਜੀ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉੱਥੇ ਬਣਨੀ ਚਾਹੀਦੀ ਆ ਕੱਲ੍ਹ ਕਿਸੇ ਹੋਰ ਲੜਕੀ ਨਾਲ ਵੀ ਧੱਕਾ ਹੋ ਸਕਦਾ ਹਨਾ ਕਿਉਂਕਿ ਸਾਰੇ ਮਾਂ ਪਿਓ ਜਿਹਦਾ ਨਿਆਣੇ ਦੇਖ ਕੇ ਭੇਜਦੇ ਮੇਰਾ ਸਕੂਲਾ ਨਿਆਣਾ ਬੱਚਾ ਸੇਫ ਰਹੇ ਕਿਹੜੀ ਕਲਾਸ ਨੂੰ ਪੜਾਉਣਾ ਸੀਗਾ ਜੀ ਇਹ ਟੀਚਰ 6th ਕਲਾਸ ਸਰ ਕੀ ਗੱਲ ਹੋਈ ਆ ਜਿਹੜੀ ਤੁਸੀਂ ਇਕੱਠੇ ਹੋਏ ਹੋ ਅੱਜ ਦੇਖੋ ਜੀ ਇਸ ਪ੍ਰਾਇਮਰੀ ਸਕੂਲ ਦੇ ਵਿੱਚ ਮੇਰਾ ਮਾਸਟਰ ਆਇਆ ਤਾਂ ਨਵਾਂ ਸਰ ਸਤਨਾਮ ਸਿੰਘ ਜੀ ਤੇ ਉਹਨਾਂ ਨੇ ਪੂਰਾ ਬੱਚਿਆਂ ਦੇ ਨਾਲ ਬਹੁਤ ਗਲਤ ਲਫ਼ਜ਼ ਬੋਲੇ ਤੇ ਕਾਫੀ ਚਿਰਾਂ ਤੋਂ ਇਹ ਕੰਮ ਕਰਦਾ ਆ ਰਿਹਾ ਉਹਨੂੰ ਪਹਿਲਾਂ ਤੋਂ ਵੀ ਕਿਸੇ ਨੇ ਨੱਥ ਨਹੀਂ ਪਾਈ ਪਹਿਲਾਂ ਵੀ ਉਹ ਸਸਪੈਂਡ ਕੀਤਾ ਸੀ ਫਿਰ ਦੁਬਾਰਾ ਡਿਊਟੀ 'ਤੇ ਚੜ ਗਿਆ ਜਦੋਂ ਡਿਊਟੀ 'ਤੇ ਆਉਂਦਾ ਦਾਰੂ ਪੀਤੀ ਤੋਂ ਬਗੈਰ ਨਹੀਂ ਆਉਂਦਾ ਅੱਛਾ ਦਾਰੂ ਪੀ ਕੇ ਆਉਂਦਾ ਡਿਊਟੀ ਕਿਉਂ ਆਉਂਦਾ ਹੈ ਜੀ ਅਤੇ ਅੱਜ ਵੀ ਉਹ ਇੱਦਾਂ ਹੀ ਆਇਆ ਅਸੀਂ ਜਦੋਂ ਸਕੂਲ ਦੇ ਵਿੱਚ ਮਾਸਟਰਾਂ ਦੇ ਨਾਲ ਮੈਡਮਾਂ ਦੇ ਨਾਲ ਗੱਲ ਕੀਤੀ ਆ ਅਤੇ ਉਹਨਾਂ ਨੂੰ ਆਣ ਕੇ ਪੁੱਛਿਆ ਵੀ ਕੀ ਗੱਲ ਹੋਈ ਆ ਉਹ ਮੈਡਮਾਂ ਨੇ ਵੀ ਕਿਹਾ ਵੀ ਇਹ ਜਿਹੜਾ ਸਰਵਾ ਇਹ ਹੈਗਾ ਗਲਤ ਆ ਜਦੋਂ ਵੀ ਇਹ ਆ ਰਿਹਾ ਵੀ ਇੱਦਾਂ ਹੀ ਕਰਦਾ ਆ ਉਹ ਹਰੇਕ ਬੱਚਿਆਂ ਦੇ ਨਾਲ ਕਰਦਾ ਆ ਹਰਕਤ ਕਰਦਾ ਆ ਅਤੇ ਅਸੀਂ ਇਸ ਬੰਦੇ ਨੂੰ ਜਿਹੜੀ ਬਣਦੀ ਕਾਰਵਾਈ ਆ ਅਸੀਂ ਇਹਦੇ 'ਤੇ ਕਰਾਉਣੀ ਆ ਜੋ ਵੀ ਬਣਦੀ ਕਾਰਵਾਈ ਆ ਭੋਰਾ ਬੱਚਿਆਂ ਨੂੰ ਅਸੀਂ ਸਕੂਲ ਦੇ ਵਿੱਚ ਭੇਜਦੇ ਹਾਂ ਪੜ੍ਹਾਉਣ ਵਾਸਤੇ ਇਹ ਨਹੀਂ ਵੀ ਕੋਈ ਗਲਤ ਲਫ਼ਜ਼ ਨਿਆਣਿਆਂ ਨੂੰ ਕਿਹਾ ਜਾਵੇ ਅਤੇ ਕੋਈ ਗਲਤ ਬੋਲਿਆ ਜਾਵੇ ਅਸੀਂ ਇਸ ਚੀਜ਼ ਦੇ ਬਹੁਤ ਬਰਖਿਲਾਫ਼ ਹਾਂ ਅਤੇ ਕਿਹੜੀ ਕਲਾਸ ਨੂੰ ਪੜ੍ਹਾ ਰਿਹਾ ਜੀ ਮਾਸਟਰ 6th ਕਲਾਸ ਦੇ ਵਿੱਚ ਕਿਹੜਾ ਨਾਮ ਕੀ ਪਿੰਡ ਕੀ ਆਉਂਦਾ ਜੀ ਇਹਦਾ ਪਿੰਡ ਹੈਗਾ ਜੀ ਚੱਕ ਰਾਜੂ ਸਿੰਘ ਠੀਕ ਆ ਜੀ ਸਤਨਾਮ ਸਿੰਘ ਕਿੰਨੇ ਚਿਰ ਤੋਂ ਇੱਥੇ ਸਰਵਿਸ ਕਰਦਾ ਇਹ ਸਰਵਿਸ ਕਰਦੇ ਨੂੰ ਕਾਫੀ ਹੋ ਗਿਆ ਟਾਈਮ ਇਹਨੂੰ ਕਾਫੀ ਟਾਈਮ ਹੋ ਗਿਆ ਪਹਿਲਾਂ ਤੋਂ ਇਹ ਕੰਮ ਕਰਦਾ ਪਹਿਲਾਂ ਤੋਂ ਇਹ ਕੰਮ ਪਹਿਲਾਂ ਵੀ ਹੋਇਆ ਪਹਿਲਾਂ ਵੀ ਇਹਦੀਆਂ ਕਈ ਵਾਰ ਹੁੰਦੀ ਕਈ ਹੋ ਚੁੱਕੀਆਂ ਕਈ ਵਾਰੀ ਪਹਿਲਾਂ ਕੀ ਕੀਤਾ ਸੀਗਾ ਨੇ ਪਹਿਲਾਂ ਵੀ ਨਹੀਂ ਨਿਆਣਿਆਂ ਦੇ ਨਾਲ ਗਲਤ ਭਾਸ਼ਾ ਵਰਤਦਾ ਉਹ ਵੀ ਦਰਖਾਸਤ ਦੇ ਵਿੱਚ ਅਸੀਂ ਇਹਦਾ ਪੇਪਰ ਲਵਾਵਾਂਗੇ ਇੱਕ ਸਾਲ ਤੋਂ ਇਹਨੂੰ ਸਸਪੈਂਡ ਕਰਕੇ ਰੱਖਿਆ ਸੀ ਡੇਢ ਦੋ ਮਹੀਨੇ ਤੋਂ ਬਾਅਦ ਇਹਨੇ ਦੁਬਾਰਾ ਜੁਆਇਨਿੰਗ ਕੀਤੀ ਆ ਇਹਦੇ ਵਿੱਚ ਸਸਪੈਂਡ ਕੇਸ ਕੇ ਚੱਕਰ ਤੋਂ ਹੋਇਆ ਸੀਗਾ ਇਹ ਇਦਾਂ ਹੀ ਕੋਈ ਉਹ ਦੱਸਣਾ ਜਿਹੜਾ ਉਹਦਾ ਪੇਪਰ ਮਿਲ ਜਾਣਾ ਉਹ ਵੀ ਅਸੀਂ ਦਰਖਾਸਤ ਦੇ ਨਾਲ ਲਵਾਂਗੇ ਉਦੋਂ ਵੀ ਇਹਨੇ ਬੱਚਿਆਂ ਦੇ ਨਾਲ ਦੱਸੀ ਇਹੀ ਸਕੂਲ ਚ ਹੋਇਆ ਸੀਗਾ ਇਸੇ ਸਕੂਲ ਦੇ ਵਿੱਚ ਅੱਛਾ ਇਸੇ ਗਲਤ ਬੋਲਣ ਦੇ ਸ਼ਰਾਬ ਪੀਣ ਦੇ ਚੱਕਰ ਤੋਂ ਹੋਇਆ ਸੀ ਉਦੋਂ ਵੀ ਇਦਾਂ ਹੀ ਇਹਨੇ ਹਰਕਤ ਮਾੜੀ ਕੀਤੀ ਸੀ ਇਸ ਕਰਕੇ ਇਹਨੂੰ ਸਕੂਲ ਦੇ ਵਿੱਚੋਂ ਕੱਢਿਆ ਗਿਆ ਸੀਗਾ ਇੱਕ ਸਾਲ ਬਾਅਦ ਇਹ ਦੁਬਾਰਾ ਆਇਆ
डेढ़ महीने के इन्हें द्वारा हूँ हरकत शुरू कर दी। बच्चे इन्ने घबराए हुए कि मतलब अपने माँ प्यो जाके उन्होंने दसिया तो पूरे पिंड इस गल का रोस जोड़ा पाया गया। हर घर प्रति माँ प्यो अपने बच्चे के लिए स्कूल दाखिल हो गया। एक तुम वीडियो घुमा के दिखा सकते हो। कंप्लेट आई साढ़े को संतोष कुमारी वालों बाई बॉस सुखविंदर सिंह शाम चौरासी पर उन्होंने बच्ची जी मिडल स्कूल पढ़ती है शाम चौरासी भी गई तो उत्थे टीचर है जी कि उन्हें कोई गलत हरकत की बच्चों नाल छेड़छाड़ की है कहते सतनाम सिंह टीचर है। ठीक है जी। हाँ जी जो बनती कार्रवाई केस रजिस्टर करके बनती कार्रवाई है अमल में लिया जा रही। सर दसा जा रहा कि वो टीचर ने शराबी पीती हुई सी। मैं मुलाजा करा रहे जी वह अरैसट करके मुलाजा करावे जी जो भी होगा बनती कार्रवाई की जाएगी। कि लड़कियों हरकत गलत जो की जाओ तीन लड़क बेटिया ना दस दिए जी। ठीक है जी तीन लड़कियों जी। ठीक है जी की इन्होंने खिलाफ हम कार्रवाई की जा रही है। बनता कार्रवाई कर रहे हैं रजिस्टर केस करके तो मुलाजा करा के जो भी है ठीक दरखास्त के आधार से बनती कार्रवाई की जा रही।